ਤੇ ਕੱਲ ਵਾਲੀ ਵੀਡੀਓ ਜ਼ਰੂਰ ਦੇਖਿਓ ਠੀਕ ਹੈ। ਉਹ 'ਚ ਆਪਾਂ ਬੁਲਟ ਦੇ ਦੋਨੋਂ ਸਲੈਂਸਰਾਂ ਨੂੰ ਕਰਾਂਗੇ ਜਿਹਦੀ ਵੱਧ ਆਵਾਜ਼ ਆਊਗੀ, ਜਿਵੇਂ ਸ਼ੋਰਟ ਬੋਟਲ ਅਤੇ ਲੌਂਗ ਬੋਟਲ ਦੋਨਾਂ ਦੇ ਬੈਂਡ ਚੇਂਜ ਹੋਣਗੇ ਰਾਊਂਡ ਬੈਂਡ, ਅਤੇ ਪਤਾ ਲੱਗ ਜੂ ਆਪਣਾ PS4 ਦੀ ਆਵਾਜ਼ ਜ਼ਿਆਦਾ ਹੈ PS6 ਦੀ ਜਾਂ ਫਿਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ, ਅਤੇ ਅੱਜ ਦਾ ਆਪਣਾ ਪੂਰਾ ਤੀਜਾ ਡੇਲੀ ਵਲੌਗ ਆਉਂਗੇ ਜੀ, 3 ਤਰੀਕ ਦਾ ਤੀਜਾ ਵਲੌਗ ਆ ਆਪਣਾ। ਅਤੇ ਅੱਜ ਅਸੀਂ ਜਾ ਰਹੇ ਹਾਂ, ਜਿਵੇਂ ਤੁਹਾਨੂੰ ਪਤਾ ਕੱਲ੍ਹ ਅਸੀਂ ਗਏ ਸੀ ATM, ਪਰ ATM ਬੰਦ ਸੀਗਾ। ਅਤੇ ਮੇਰੇ ਨਾਲ ਹੈਗਾ ਕੌਣ ਆ ਤੂੰ, ਕੀ ਨਾਂ ਤੇਰਾ? ਹੈਲੋ। ਅਤੇ ਹੁਣ ਅਸੀਂ ਜਾ ਰਹੇ ਹਾਂ ATM, ਜੇ ATM ਖੁੱਲ੍ਹਾ ਹੋਇਆ ਤਾਂ ਕਢਾ ਲਾਂਗੇ ਪੈਸੇ, ਕਿਉਂਕਿ ਸਾਡੇ ਕੋਲ ਅੱਜ ਬੁਲਟ ਹੈ ਨਹੀਂ, ਕਦੇ ਮੈਂ ਵੀ ਕਢਾਉਣੇ ਨੇ ਤਾਂ ਕਰਕੇ ATM ਹੈ ਤੇਰੇ ਕੋਲ। ਵਾਟਾ ਕੋ ਇੰਸੀਡੈਂਟ। ਅਤੇ ਹੁਣ ਅਸੀਂ ਜਾ ਰਹੇ ਹਾਂ ਵੈਸੇ, ਕਿਉਂਕਿ ਅੱਜ ਬੁਲਟ ਸਾਡਾ ਘਰੇ ਨਹੀਂ ਹੈਗਾ, ਤਾਂ ਕਰਕੇ ਸਾਨੂੰ ਗੱਡੀ ਚੱਕਣੀ ਪਈ। ਤਾਂ ਗੱਡੀ ਚੱਕੀ ਆ, ਮੈਂ ਕਿਹਾ ਗੇੜੀ ਦਾ ਹੁਣ ਕਿਵੇਂ ਉੱਠਣੇ ਆ। ਨਹੀਂ ਤਾਂ ਪਹਿਲੀ ਵਾਰ ਮੈਂ ਬਿਨਾਂ ਉਹ ਤੋਂ ਜਾ ਰਿਹਾ ਕਿ ਇਹਨਾਂ ਨੇ ਗਾਣਿਆਂ ਤੋਂ। ਹਾਂ ਪਹਿਲੀ ਵਾਰ, ਚੱਲ ਕੋਈ ਨਹੀਂ, ਵੀਡੀਓ ਕੱਢ, ਸਾਰੀ ਦਿਹਾੜੀ ਬਣਾਉਣੀ ਆ, ਗਾਣੇ ਲਾ ਲਾਂਗੇ। ਚੱਲ ਇਹ ਸਾਨੂੰ ਹੁਣੇ ਹੁਣੇ ਇੱਕ ਬੁਰੀ ਖਬਰ ਮਿਲੀ, ਅਸੀਂ ਤਕੜਾ ਲੋਕਡਾਊਨ ਸੀ ਉਹਦੇ ਵਿੱਚ ਤਾਂ ਬੈਂਕ ਬੁੱਕਾਂ ਖੁੱਲੀਆਂ ਸੀ ATM, ਇਹ 2 ਦਿਨ ਹੋ ਗਏ ਬੰਦ, ਪਤਾ ਨਹੀਂ ਕਿਉਂ, ਕੱਲ੍ਹ ਤਾਂ ਚੱਲ ਐਤਵਾਰ ਸੀ, ਅੱਜ ਪਤਾ ਨਹੀਂ ਕਿਉਂ ਬੰਦ ਆ। ਇੱਕ ਕਮੈਂਟ ਆਇਆ ਵੀ ਹਰ ਸਾਈਡ ਕੁੜੀਆਂ ਵਾਂਗੂ ਬੋਲਦਾ, ਕਮੈਂਟ ਕਰਕੇ ਸਿਰ ਕੁੜੀਆਂ ਵਾਂਗੂ ਬੋਲਦਾ, ਤੇ ਫਿਲਹਾਲ ਵਾਂਗੂ ਬੋਲਦਾ ਹੈ। ਤੇ ਫਿਲਹਾਲ ਹੁਣ ਅਸੀਂ ਦੂਜੇ ATM ਤੇ ਜਾ ਰਹੇ ਹਾਂ ਜੀ, ਉੱਥੇ ਸਾਨੂੰ ਮਿਲ ਗਿਆ ਤਾਂ ਵਧੀਆ ਗੱਲ ਆ। ਵਧੀਆ ਗੱਲ ਆ, ਬਸ ਤੇ ਬਾਕੀ ਜੇ ਕੋਈ ਕਮੈਂਟ ਕਰਕੇ ਦੱਸ ਸਕਦਾ ਸੀ ਕਿਹੜੀ ਗੱਡੀ ਦੇ ਵਿੱਚ ਆ ਤਾਂ ਦੱਸਿਓ, ਆ ਦੇਖੋ ਮਰੂਤੀ ਸੁਜ਼ੂਕੀ ਕਿਹੜਾਂ ਦੀ ਗੱਡੀ ਆ, ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਠੀਕ ਆ ਵੀ ਕਿਹੜੀ ਗੱਡੀ ਜਾ ਰਹੇ ਹਾਂ ਜੀ। ਜਿਹਨੇ ਪੁਰਾਣਾ ਵਲੌਗ ਦੇਖਿਆ ਹੋਊ ਉਹ 'ਚ ਉਹਨਾਂ ਨੂੰ ਪਤਾ ਲੱਗ ਸਕਦਾ, ਪਰ ਅਦਰਵਾਈਜ਼ ਮੈਨੂੰ ਲੱਗਦਾ ਨਹੀਂ ਕਿ ਤੈਨੂੰ ਪਤਾ ਲੱਗੂ। ਹੁਣ ਦੇਖੀ ਸਾਰਿਆਂ ਨੇ ਪੁਰਾਣਾ ਥੰਬਨੇਲ ਦੇਖਣਾ ਕਿਸੇ ਨੇ ਵੀ ਕਿਹੜੀ ਗੱਡੀ ਆ, ਤੇ ਬਾਕੀ ਕਮੈਂਟ ਸੀਗਾ ਦੱਸਿਓ ਠੀਕ ਕਰਕੇ ਵੀ ਕਿਹੜੀ ਵੀ ਗੱਡੀ ਲੱਗਦੀ ਤੁਹਾਨੂੰ। ਇੰਟੀਰੀਅਰ ਦੇਖ ਲਓ ਕਿਵੇਂ ਦਾ, ਇੰਟੀਰੀਅਰ ਤੋਂ ਜੇ ਕੋਈ ਪਛਾਣ ਸਕਦਾ ਇਹ ਤਾਂ ਜਾਂ ਉਹ ਪਛਾਣੋ ਜਿਹਨਾਂ ਕੋਲ ਹੈਗੀ ਆ, ਜਾਂ ਫਿਰ ਜਿਹੜਾ ਬਾਹਲੀ ਕਾਰਾਂ ਦਾ ਮਾਹਿਰ ਆ। ਜਿਵੇਂ ਕਿ ਅਸੀਂ ਕਿਹਾ ਸੀ ਵੀ ਅਸੀਂ ਦੂਜੇ ATM 'ਚ ਜਾ ਰਹੇ ਹਾਂ ਅਗਲੇ ਪਿੰਡ, ਇੱਥੇ ਆ ਕੇ ਸਾਨੂੰ ਪਤਾ ਲੱਗ ਰਿਹਾ ATM ਖੁੱਲ੍ਹਾ, ਇਸ ਕਰਕੇ ਅਸੀਂ ਉਹਨੂੰ ਪੈਸੇ ਕਢਾਵਾਂਗੇ ਅਤੇ ਫਿਰ ਵਾਪਸ ਮੁੜਾਂਗੇ। ਹੁਣ ਇਹਨੂੰ ਸਮਝ ਨਹੀਂ ਆ ਰਹੀ ਬੋਲੀਏ ਕੀ, ਬਾਹਲੀ ਦੁਕਾਨਾਂ ਸਾਰੀਆਂ ਬੰਦ ਨੇ ਪਰ ATM ਖੁੱਲ੍ਹਾ, ਟਾਈਮ ਨਾਲ ਕਢਾ ਲੈਂਦੇ ਅਤੇ ਪੈਸੇ ਕਢਾ ਲਏ। ਬਹੁਤ ਹੀ ਜ਼ਿਆਦਾ ਨਵੇਂ ਪੈਸੇ ਨੇ ਦੇਖੋ, ਐਂ ਲਾ ਜਿਵੇਂ ਨਕਲੀ ਹੁੰਦੇ ਨੇ ਪਰ ਹੈਗੇ ਅਸਲੀ ਨੇ, ਦੇਖੋ ਬਿਲਕੁਲ ਵੀ ਸਿੱਧੇ ਨੇ, ਜਾਣੀ ਖਰਚ ਨੂੰ ਜੀ ਐਂ ਕਰਦਾ ਵੀ ਖਰਚੀਏ ਨਾ। ਅਤੇ ATM ਜਾਣ ਵਾਸਤੇ ਗੱਡੀ ਲੈ ਕੇ ਚਲੇ ਗਿਆ ਮੈਂ, ਮੈਨੂੰ ਇਹਦਾ ਭਾਰੀ ਪੈ ਗਿਆ, ਮੈਨੂੰ ਮਤਲਬ ਕਿ ਮਹਿੰਗਾ ਪੈ ਗਿਆ, ਕਿਉਂਕਿ ਅਸੀਂ ਆ ਕੇ ਅੰਦਰ ਗੱਡੀ ਖੜਾਈ ਮੈਂ ਤਾਂ ਦੇਖਿਆ ਉਹ ਜਮੀ ਗੋਹੇ ਨਾਲ ਟਾਇਰ ਜਮੀ ਲਿਬੜ ਗਿਆ, ਅਤੇ ਜੇ ਉਹਨੂੰ ਸਾਫ਼ ਨਾ ਕਰਦੇ ਤਾਂ ਮੁਸਕ ਬਹੁਤ ਆਉਣੀ ਸੀ, ਫਿਰ ਕਰਕੇ ਉਹਨੂੰ ਗੱਡੀ ਮਾੜੀ ਬਾਲਾ ਬਾਹਰੇ ਕੱਢੀ, ਫਿਰ ਉਹਨੂੰ ਮਾੜੇ ਟਾਇਰਾਂ 'ਤੇ ਪਾਣੀ ਮਾਰਿਆ ਅਤੇ ਗੋਹਾ ਜਿਹੜਾ ਸਾਫ਼ ਕੀਤਾ, ਫਿਰ ਕਿਤੇ ਆ ਕੇ ਹੁਣ ਮੈਂ ਉਹ ਵਾਪਸ ਆਇਆ ਬਾਹਰੇ। ਯਾਨੀ ਕਿ ਔਖਾ ਹੀ ਹੈ ਨਾ ਗੱਡੀ ਦਾ, ਇੱਕ ਤਾਂ ਉਹਦੀ 19 ਕਿਲੋਮੀਟਰ ਦੀ ਐਵਰੇਜ, ਤੁਸੀਂ ਗੈਸ ਕਰਿਓ ਠੀਕ ਆ ਕਿਹੜੀ ਗੱਡੀ ਆ, ਅਤੇ ਬਾਕੀ ਜਿਨ੍ਹਾਂ ਨੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਤਾਂ ਪਤਾ ਹੋਊ ਸ਼ਾਇਦ, ਅਤੇ ਬਹੁਤ ਜ਼ਿਆਦਾ ਗਰਮੀਆਂ ਤੁਸੀਂ ਦੇਖ ਸਕਦੇ ਹੋ, ਬੱਦਲਾਂ 'ਚ ਸੂਰਜ ਆ, ਦੇਖੋ ਕਿੰਨਾ ਘੈਂਟ ਸੀਨ ਜਿਹਾ। ਅਤੇ ਸਹੀ ਦੱਸੋ ਦੱਸਣਾ, ਇਹਦੇ ਵਰਗਾ ਸਾਡੇ ਪਿੰਡ ਇੱਕ ਮੁੰਡਾ, ਉਹਦਾ ਨਾ ਮੋਬਾਈਲ ਚੋਰੀ ਹੋ ਗਿਆ। ਮੋਬਾਈਲ ਪਤਾ ਕਿਵੇਂ ਚੋਰੀ ਹੋਇਆ? ਚੱਲ ਉਹ ਜਿਵੇਂ ਤੁਰਿਆ ਆਉਂਦਾ ਸੀ ਸੜਕ 'ਤੇ, ਅਤੇ ਕੰਨ 'ਤੇ ਫੋਨ ਲੱਗਿਆ ਸੀ, ਕੋਈ ਮੋਟਰਸਾਈਕਲ ਤਾਂ ਆਇਆ ਹੱਥ ਤੋਂ ਖੋਹ ਕੇ ਲੈ ਗਿਆ, ਅਤੇ ਜਾਣੀ ਕਿ ਉਹ ਐਂ ਨਹੀਂ ਹੈ, ਐਂ ਵੀ ਨਹੀਂ ਹੈਗਾ ਵੀ ਉਹ ਹੁਣ ਐਡਾ ਵੱਡਾ ਝਟਕਾ ਸਹਿ ਸਕਦਾ, ਅਤੇ ਜਾਣੀ ਬਹੁਤ ਭੈੜੀ ਗੱਲ ਆ ਵੈਸੇ ਹੱਕਣ ਚੋਰੀ ਚੋਰੀ ਕਰਨਾ। ਅਤੇ ਤੁਸੀਂ ਵੀ ਆਪਦੇ ਫੋਨ ਸਾਂਭ ਕੇ ਰੱਖਿਆ ਕਰੋ। ਅਤੇ ਆਹ ਦੇਖ ਕੀ ਆ, ਉਹ ਘੜੀ ਆ ਮੈਂ ਓਰੀਜਨਲ ਹੈ। ਹਾਂ ਦੇਖਾਂ ਲੈ, ਤੈਨੂੰ ਸਾਡੇ ਓਰੀਜਨਲ ਕਿਹਨੇ ਦਿੱਤੀ, ਮੂੰਹ ਦੇ ਲਾ ਤੇਰਾ ਕਿਹਾ ਜਾ, ਤੇਰਾ ਨਾਲ ਵੱਧ ਘੜੀ ਆ, ਘੜੀ ਵੱਧ ਮੇਰੀ ਆ, ਵਧੀਆ ਸਮਝ ਗਿਆ। ਬਾਹਰਲੇ ਪਾਸੇ ਤੇ ਉਹ ਦੇਖੋ ਆਪਾਂ ਸਾਈਕਲ ਤੇ ਆਏ ਸੀ, ਮੈਂ ਸਾਈਕਲ ਤੇ ਸਾਰੀਆਂ ਮੋਡੀਫਿਕੇਸ਼ਨਾਂ ਲਾ ਤੀਆਂ, ਦਿਖਾਉਣਾ ਤੁਹਾਨੂੰ। ਤੇ ਆਹ ਦੇਖੋ ਸਾਈਕਲ ਤੇ ਕੋਈ ਵੀ ਹੁਣ ਜਿਹੜੀ ਉਹ ਟਾਇਰਾਂ ਦੇ ਵੀ ਸੀਗੇ ਉਹ ਵੀ ਮੈਂ ਉਤਾਰਤੇ ਅੱਜ, ਬਸ ਕਿਉਂਕਿ ਉਹ ਹੁਣ ਥੋੜ੍ਹੇ ਖਰਾਬ ਹੋ ਗਈ, ਪਰ ਬਹੁਤ ਔਖੇ ਉਤਰੇ, ਉਹਦੀ ਟੇਪ ਜ਼ਿਆਦਾ ਇੰਨੀ ਜ਼ਿਆਦਾ ਮਜ਼ਬੂਤ ਸੀਗੀ, ਜਿੰਨੀ ਕੁ ਸਿੰਪਲ ਬਣਾਏ ਤੇ ਟਾਇਰਾਂ ਨੇ ਵਧੀਆ ਲੱਗਦੀ, ਹੁਣ ਸੋਹਣੀ ਲੱਗਦੀ। ਲੋਕੇਸ਼ਨ ਲਿਆਈਏ ਹੋਰ, ਅਤੇ ਬਹੁਤ ਜਣਿਆਂ ਨੇ ਕਮੈਂਟ ਕੀਤਾ ਵੀ ਸਾਈਕਲ 'ਤੇ ਨਾ ਵੀਡੀਓ ਲੈ ਗਿਆ ਕਰੋ, ਹੁਣ ਬੁਲਟ 'ਤੇ ਹੀ ਲੈ ਗਿਆ ਕਰੋ, ਅਤੇ ਬਹੁਤ ਜਣੇ ਕਹਿੰਦੇ ਨੇ ਵੀ ਸਾਈਕਲ 'ਤੇ ਲਿਆ ਕਰੋ, ਮੈਨੂੰ ਸਮਝ ਨਹੀਂ ਆਈ, ਤਾਂ ਕਰਕੇ ਮੈਂ ਦੋਨਾਂ 'ਤੇ ਵੀਡੀਓ ਲੈ ਕੇ ਆਇਆ ਕਰੂੰ, ਪਰ ਸਾਈਕਲ 'ਤੇ ਥੋੜ੍ਹੀ ਘੱਟ ਲੈ ਕੇ ਆਇਆ ਕਰੂੰ, ਕਿਉਂਕਿ ਬੁਲਟ 'ਤੇ ਜ਼ਿਆਦਾ ਫੈਨ ਨੇ, ਅਤੇ ਕੱਲ੍ਹ ਨੂੰ
ਕੱਲ੍ਹ ਨੂੰ ਵੀਡੀਓ ਹੋਊਗੀ ਬੁਲਟ ਦੇ ਉੱਪਰ, ਉਹਦੇ 'ਚ ਇੱਕ BS4 ਲਵਾਂਗੇ, ਇੱਕ BS6 ਲਵਾਂਗੇ, ਅਤੇ ਇੱਕ ਦੇ ਲੌਂਗ ਬੋਟਲ ਲੱਗਿਆ, ਇੱਕ ਦੇ ਸ਼ੋਰਟ ਬੋਟਲ, ਅਤੇ ਦੋਨਾਂ ਦੀ ਆਵਾਜ਼ ਨੂੰ ਕੰਪੇਅਰ ਕਰਾਂਗੇ, ਦੋਨਾਂ ਦੇ ਰਾਊਂਡ ਬੈਂਡ ਆ, ਸੀ ਬੈਂਡ ਮਤਲਬ. ਅਤੇ ਕੱਲ੍ਹ ਵਾਲੀ ਵੀਡੀਓ ਦੇਖਣਾ ਨਾ ਭੁੱਲਿਓ ਮੈਂ, ਕਿਉਂਕਿ ਇੱਕ ਬਾਈ ਨੂੰ ਮੈਸੇਜ ਕੀਤਾ, ਮੇਰਾ ਫਰੈਂਡ ਆ, ਉਹਨੂੰ ਮੈਂ ਕਿਹਾ ਵੀ ਜੇ ਤੁਸੀਂ ਵਿਹਲ, ਜੇ ਤੂੰ ਵਿਹਲਣਾ ਤਾਂ ਆਪਾਂ ਆ ਜਾਈ, ਤਾਂ ਆਪਾਂ ਤੇਰੇ ਬੁਲਟ ਨਾਲ ਸ਼ੂਟ ਕਰਾਂਗੇ. ਅਗਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ. ਅਤੇ ਆਹ ਕੋਈ ਜਾਦੂ ਦਿਖਾਉਣ ਆ ਰਹੇ ਆਪਾਂ ਨੂੰ. ਜਾਦੂ ਆ ਇਹ? ਮੈਨੂੰ ਕਮੈਂਟ ਕਰਕੇ ਦੱਸੋ, ਠੀਕ ਆ? ਹੁਣ ਸਾਫ ਸੁਥਰੀ ਹੋ ਗਈ ਜਿਵੇਂ ਦੀ ਆਈ ਸੀ, ਸੇਮ ਟੂ ਸੇਮ ਉਵੇਂ ਦੀ ਆ, ਬਸ ਇਹਦੇ ਮਗਰਾੜ ਨਹੀਂ ਹੈਗੇ, ਮਗਰਾੜਾਂ ਤੋਂ ਬਿਨਾਂ ਉੱਕਣ. ਦੇਖੋ ਹੁਣ ਵੈਸੇ ਸਿੰਪਲ ਸੁਥਰੀ ਜ਼ਿਆਦਾ ਘੈਂਟ ਨਹੀਂ ਲੱਗ ਰਹੀ ਤੈਨੂੰ? ਜਿਹੜੇ ਚੱਕੇ ਵਾਲੇ ਉਹ ਆਪਾਂ ਦੁਬਾਰਾ, ਮੈਂ ਸੋਚ ਰਿਹਾ ਆਪਣੇ ਬੁਲਟ ਦੇ ਉੱਤੇ ਟਾਈ ਟੈਂਕੀ ਆ, ਉੱਥੇ ਆਪਾਂ ਓਲਡ ਮਾਡਲ ਵਾਂਗੂ ਕਰ ਦਈਏ. ਅਤੇ ਮੈਨੂੰ ਕਮੈਂਟ ਕਰਕੇ ਦੱਸਿਓ, ਠੀਕ ਆ? ਆਪਾਂ ਬੁਲਟ 'ਤੇ ਉਹ ਕਰੀਏ ਜਾਂ ਨਾ ਕਰੀਏ? ਅਤੇ ਸਾਈਕਲ 'ਤੇ ਆਪਾਂ ਕਰਾਂਗੇ, ਗਰਾਊਂਡ ਵਾਲਾ ਉਹ ਬਣਾਵਾਂਗੇ ਜਲਦੀ ਹੀ. ਕੀ ਜਾ ਰਿਹਾ ਹੈ? ਔਰ ਇੱਥੇ ਝਾੜਦਾ ਵੱਧ ਮਿੱਟੀ ਲੱਗੀ ਹੋਈ, ਮੈਂ ਤਾਂ ਵੱਧ ਜ਼ੋਰ 'ਚ ਝਾੜਿਆ. ਕਿੱਡਾ ਫੇਕ ਡਿੱਗਿਆ, ਵਲੌਗਾਂ 'ਚ ਆਉਣਾ ਜੀ, ਕਿੱਡੀ ਕਿੱਡਾ ਫੇਕ ਡਿੱਗਿਆ ਯਾਰ ਤੂੰ. ਬਾਈ ਤੁਹਾਨੂੰ ਮੈਂ ਸਹੀ ਸਹੀ ਦੱਸਾਂ ਨਾ, ਆਹ ਟਾਈਮ ਹੈ ਦੇਖੋ, ਇਹ 5:29 ਹੋ ਗਏ, ਕੱਲ੍ਹ ਵੀ 7 ਵਜੇ, ਉਦੋਂ ਪਹਿਲਾਂ 4 ਵਜੇ, ਰੋਜ਼ ਸ਼ਾਮ ਨੂੰ ਹਨੇਰੀ ਚੱਲ ਪੈਂਦੀ ਆ, ਅਤੇ ਹੁਣ ਵੀ ਹਨੇਰੀ ਆਉਣ ਨੂੰ ਤਿਆਰ ਆ. ਵਾਹਲੀ ਫੇਕ ਐਕਟਿੰਗ ਆ, ਵਾਹਲੀ ਜ਼ਿਆਦੇ. ਬਾਈ ਇਹ ਮਾੜਾ ਜਿਹਾ ਡਿੱਗਿਆ ਸੀ, ਮੈਂ ਕਿਹਾ ਚੱਲ ਥੋੜ੍ਹਾ ਜਿਹਾ ਪੋਜ਼ ਮਾਰ ਲਾ, ਆਪਾਂ ਥੰਬਨੇਲ ਲੈਂਦੇ ਹਾਂ. ਅਤੇ ਉਦੋਂ ਮੈਂ ਵੀਡੀਓ ਨਹੀਂ ਸ਼ੂਟ ਕਰ ਰਿਹਾ ਸੀਗਾ, ਇਹ ਭਾਈ ਡਿੱਗਿਆ ਸੀ, ਮੈਂ ਬਾਈ ਤੈਨੂੰ ਥੋੜ੍ਹਾ ਜਿਹਾ ਐਡਜਸਟ ਕਰਕੇ ਥੰਬਨੇਲ ਲੈ ਲਿਆ, ਜਿਵੇਂ ਤੁਸੀਂ ਥੰਬਨੇਲ ਦੇਖਿਆ. ਅਤੇ ਇਹ ਡਿੱਗਿਆ ਹੀ ਹੈ, ਡਿੱਗਿਆ ਤਾਂ ਸੀਗਾ ਪਰ ਉਨਾ ਵਧੀਆ ਨਹੀਂ ਡਿੱਗਿਆ ਸੀਗਾ. ਫਿਰ ਮੈਂ ਕਿਹਾ ਵੀ ਚੱਲ ਹੁਣ ਵੀਡੀਓ ਥੋੜ੍ਹਾ ਦੇਖ ਕੇ ਦਿਖਾ ਦੇ, ਇੰਨਾ ਫੇਕ ਡਿੱਗਦਾ ਬਾਈ ਇਹ, ਐਕਟਿੰਗ ਵਾਲਾ ਕੂੜ ਨਹੀਂ ਇਹਦੇ 'ਚ. ਵੀ ਤੂੰ ਮਾੜਾ ਮੋਟਾ ਵੀ ਤੂੰ ਡਿੱਗ ਜਾ ਫੇਕ. ਅਤੇ ਹੁਣੇ ਹੁਣੇ ਸਾਨੂੰ ਸਬਸਕ੍ਰਾਈਬ ਲੰਘ ਗਿਆ, ਮੈਂ ਉਹਨੂੰ ਜਾਣਦਾ ਨਹੀਂ ਸੀ. ਅਤੇ ਬਾਈ ਜੇ ਦੇਖ ਰਿਹਾ ਵੀਡੀਓ ਤਾਂ ਕਮੈਂਟ ਕਰ ਦੇ, ਠੀਕ ਆ? ਥੱਲੇ ਉਹ ਹੈਲੋ ਅੜਾ, ਇੱਥੇ ਮਿੱਟੀ ਲੱਗੀ ਆ ਨਾ, ਸਾਫ਼ ਚਾਹੀਦੀ ਆ ਮੈਨੂੰ. ਜਦ ਤਾਂ ਫੇਕ ਜਿਹੇ ਤਰੀਕੇ ਨਾਲ ਡਿੱਗੀ ਜਾਂਦੇ ਹੋ. ਤੇਰੇ ਪੈਰ 'ਤੇ ਚੈਨ ਵਾਲਾ ਲਿਬਰੀਕੈਂਟ 'ਚ ਲੱਗ ਜਿਹੜਾ ਉਹ ਤੇਲ ਜਾਂਦਾ ਕਾਲਾ ਕਾਲਾ ਜਿਹਾ ਨਾਲ ਆ, ਪਤਾ ਨਹੀਂ ਕਿੰਨੇ ਟਾਈਮ ਬਾਅਦ ਆਏਗਾ. ਦੋ ਦੇਖੋ ਬਾਈ, ਇਹਨਾਂ ਨੇ ਕੈਮਰੇ 'ਤੇ ਕਬੂਲ ਕੀਤਾ, 2 ਮਹੀਨੇ ਹੋ ਗਏ, ਆਵਾਜ਼ ਭਾਵੇਂ ਘੱਟ ਆਈ ਹੋ, ਦੂਰ ਬਾਅਦ ਮੰਨ ਗਿਆ ਹੁਣ ਤੂੰ. ਅਤੇ ਹੁਣ ਅਸੀਂ ਆ ਗਏ ਉਹ ਜਗ੍ਹਾ 'ਤੇ ਜਿੱਥੇ ਅਸੀਂ ਆਪਣਾ ਪਹਿਲਾ ਵਲੌਗ ਯੂਟਿਊਬ ਦਾ, ਜਿੱਥੇ ਅਸੀਂ ਪਹਿਲਾ ਵਲੌਗ ਬਣਾਉਣਾ ਸਟਾਰਟ ਕੀਤਾ ਜਦੋਂ ਅਸੀਂ ਉਰੋ ਸਟਾਰਟ ਕਰਾਈ ਸਰ, ਅਤੇ ਅਸੀਂ ਗਏ ਸੀ, ਦੇਖੋ ਸਾਡੇ ਕੋਲ ਕੰਟੈਂਟ ਨਹੀਂ ਸੀ, ਤਾਂ ਕਰਕੇ ਸਿੱਧਾ ਉੱਪਰ ਜਾ ਕੇ ਦਿਖਾਇਆ ਸੀਗਾ ਵੀ ਅਸੀਂ ਉੱਪਰ ਚੱਲੇ, ਹੈ ਨਾ, ਰੇਤੀਲਾ ਇਲਾਕੇ ਦੇ ਵਿੱਚ ਗਏ ਸੀ. ਅਤੇ ਪਹਿਲੇ ਵਲੌਗ ਦੇ ਵਿੱਚ ਅਸੀਂ ਆਪਦੇ ਪਿੰਡ ਵਾਲੀ ਬੀਚ 'ਤੇ ਵੀ ਗਏ ਸੀ. ਜੇ ਕਿਸੇ ਨੇ ਨਹੀਂ ਦੇਖਿਆ ਵਲੌਗ ਤਾਂ ਬਹੁਤ ਥੱਲੇ ਜਾ ਕੇ ਦੇਖੋ, ਪਹਿਲਾ ਵਲੌਗ ਪਿਆ ਉਹ 'ਚ ਅਸੀਂ ਬੀਚ 'ਤੇ ਗਏ ਸੀ, ਆਪਦੇ ਪਿੰਡ ਵਾਲੀ ਬੀਚ 'ਤੇ, ਜਿਸ ਨੂੰ ਪਤਾ ਹੋਊ, ਦੇ ਸ਼ਾਇਦ ਅੱਧਿਆਂ ਨੂੰ ਪਤਾ ਹੋਊ ਬੀਚ 'ਤੇ ਕਿਹੜੀ 'ਤੇ ਬੀਚ 'ਤੇ ਕਹਿ ਰਹਾ ਮੈਂ, ਪਿੰਡ ਵਾਲੀ 'ਤੇ. ਅਤੇ ਕਾਫੀ ਜਾਣੇ ਮੈਨੂੰ ਕਮੈਂਟ ਕਰਕੇ ਕਹਿੰਦੇ ਨੇ, ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਕਹਿੰਦੇ ਨੇ ਬਾਈ ਤੇਰਾ ਵਟਸਐਪ ਨੰਬਰ ਦੇ ਦੇ. ਅਤੇ ਵਟਸਐਪ ਨੰਬਰ ਮੈਂ ਵਟਸਐਪ ਨੰਬਰ ਦੇ ਤਾਂ ਸਕਦਾ, ਪਰ ਜਿਵੇਂ ਸਿੱਧੂ ਮੂਸੇਵਾਲ ਨੇ ਗੱਲ ਕੀਤੀ ਨਾ, ਮੈਂ ਆਪਦਾ ਟੀਜ਼ਰ ਜਾਂ ਫਿਰ ਉਹ ਲਾਂਚ ਕਰਦਾ ਤਾਂ ਮੈਨੂੰ 1 ਮਿੰਟ 'ਤੇ 5 ਬਿਲੀਅਨ ਲਾਈਕ ਕਰ, 5 ਬਿਲੀਅਨ ਕਮੈਂਟ ਕਰ ਦਿਓ. ਪਰ ਅਸੀਂ ਤਾਂ ਐਡਾ ਕੁਛ ਨਹੀਂ ਕਰ ਸਕਦੇ. ਮੇਰੀ ਸ਼ੋ ਆ ਰਹੀ ਆ ਜਿਹਦੇ ਮੈਂ ਮੂੰਹ ਤਾਂ ਹੁਣ ਚੱਕੀ ਪਿਆ, ਇਹ ਵਾਲੀ ਫੋਟੋ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਜੇ ਮੇਰੇ 500 ਕਮੈਂਟ ਹੋ ਗਿਆ, ਤੁਸੀਂ ਕੁਛ ਵੀ ਐਂ ਤਬਲਾ ਵੀ ਵਜਾ ਸਕਦੇ ਹੋ ਕੀਬੋਰਡ 'ਤੇ, ਜਦੋਂ 500 ਕਮੈਂਟ ਹੋ ਗਿਆ ਤਾਂ ਮੈਂ ਸਟੋਰੀ ਪਾਊਂਗਾ ਆਪਦੇ ਵਟਸਐਪ ਨੰਬਰ ਦੀ, ਅਤੇ ਜਿਹਨੇ ਦੇਖ ਲਿਆ 24 ਘੰਟੇ 'ਚ ਦੇਖ ਲਿਆ, ਜਿਹਨੇ ਨਹੀਂ ਦੇਖਿਆ ਭਾਈ ਉਹ ਤੁਹਾਡੀ ਉਹ ਆ. ਪਰ ਜਦੋਂ 500 ਕਮੈਂਟ ਹੋ ਜਾਣਗੇ ਆਪਣੀ ਫੋਟੋ 'ਤੇ, ਅਤੇ ਜਿਹਨਾਂ ਨੇ ਨਹੀਂ ਕੀ ਦੇਖੀ, ਜਿਹਨੇ ਨਹੀਂ ਫੋਲੋ ਕੀਤਾ ਉਹ ਫੋਲੋ ਵੀ ਕਰ ਲਿਓ, ਪ੍ਰਦੀਪ ਅੰਡਰਸਕੋਰ ਵਲੌਗਸ, ਅਤੇ ਬਲੈਕੀ ਨੂੰ ਵੀ ਕਰ ਲਿਓ, ਮੈਨੂੰ ਪਤਾ ਇਹਨੇ ਕਹਿਣਾ ਅੱਜ ਮੰਚ ਤਾਂ ਹੀ ਚੱਲ ਰਿਹਾ, ਮੈਨੂੰ ਹੀ ਫੋਲੋ ਕਰਨ ਨੂੰ ਕਹਿ ਲਿਆ ਹਰਸ਼ ਅੰਡਰਸਕੋਰ ਜੈਮ. ਅਤੇ ਹੁਣ ਅਸੀਂ ਆਏ ਕੀ ਕਰਨਾ ਹੈ ਸਾਨੂੰ ਵੀ ਨਹੀਂ ਪਤਾ. ਅਤੇ ਕੱਲ੍ਹ ਵਾਲੀ ਵੀਡੀਓ ਜ਼ਰੂਰ ਦੇਖਿਓ, ਠੀਕ ਆ? ਉਹ 'ਚ ਆਪਾਂ ਬੁਲਟ ਦੇ ਦੋਨੋਂ ਸਲੈਂਸਰਾਂ ਨੂੰ ਉਹ ਕਰਾਂਗੇ, ਜਿਹਦੀ ਵੱਧ ਤੋਂ ਵੱਧ ਆਊਗੀ, ਜਿਵੇਂ ਸ਼ੋਰਟ ਬੋਟਲ ਅਤੇ ਲੌਂਗ ਬੋਟਲ ਦੋਨਾਂ ਦੇ ਬੈਂਡ ਚੇਂਜ ਹੋਣਗੇ, ਰਾਊਂਡ ਬੈਂਡ, ਅਤੇ ਪਤਾ ਲੱਗ ਜੂ ਆਪਣਾ BS4 ਦੀ ਆਵਾਜ਼ ਜ਼ਿਆਦਾ ਆ BS6 ਦੀ ਜਾਂ ਫਿਰ ਸਲੈਂਸਰ ਦੀ. ਆਪਾਂ ਮੈਂ ਦੁਬਾਰਾ ਦੁਬਾਰੇ ਬਿੱਲੀ ਮਾਰ ਕੇ ਜਾਂ ਬਿੱਲੀ ਮੈਂ ਤੋਂ ਬੱਚੀ, ਦੋਨੋਂ ਗੇਅਰ ਤਾਂ ਪੈ ਜਾਂਦੇ ਨੇ ਪਰ ਆਹ ਗੇਅਰ ਨੀ ਪੈ ਰਹੇ, ਹੱਥ ਨਾਲ ਪਾਉਣਾ ਪੁੱਪਾ ਨੂੰ ਮੈਨੂਅਲੀ, ਹੱਥੋਂ ਵੀ ਮਾੜੇ ਜਿਹੇ ਕਾਲੇ ਹੋ ਜਾਂਦੇ ਨੇ. ਤੇ ਹੁਣ ਆਪਣਾ ਪਹਿਲਾ ਗੇਅਰ ਪੈ ਗਿਆ, ਉਹਦੇ ਵਾਸਤੇ ਆਪਾਂ ਨੂੰ ਸੀਟ ਆ ਥੋੜੀ ਉੱਚੀ ਰੱਖਣੀ ਪਊ, ਇੰਨੀ ਉੱਚੀ ਨਹੀਂ, ਇੰਨੀ ਉੱਚੀ ਤਾਂ ਪੱਕਾ ਡਿਗੋ ਕਿਉਂਕਿ ਬੈਲੈਂਸ ਨਹੀਂ ਬਣਨਾ. ਇਹ ਆਪਾਂ ਇੱਥੇ ਵੀ ਰੱਖ ਲੈਂਦੇ ਹਾਂ. ਅੱਛਾ, ਤੇ ਹੁਣ ਚੱਲਦੇ ਹਾਂ ਇੱਧਰ ਨੂੰ.
नॉट अपग्रेडेड। मीह आने तैयार है इस टाइम, पता नहीं मौसम यह जहाँ क्यों हो जाता बई, मौसम यह जी हो जाता लगभग नेरी चलन लाए हूँ भी नेरी चलन लग, बिल्ली मार के दिखाई जाते, कहो भी बई बिल्ली इन्ना मारिया कर ते तो बजनी नहीं। देखो किली बिल्ली 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 बजगी 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 बजगी, ओ माई गॉड शिट। देखो बदल होया होया पूरा, सानू कहते सूरज मामा हो सी का, कितने सूरज, ओ माई गॉड सूरज। तो हुणे हुणे असीं इंस्टाग्राम ते लाइव होके हटे हां, जे तुहानू कई बार दस्सिया मैं भी इंस्टाग्राम ते फॉलो कुछ कर सकदे हो, तुसीं भी लाइव ते आउणा चाहुंदे हो, तां असीं लाइव होए हां। देखो मैं इत्थे बैठा सी, पिछे बैठा सी, एक दूजे नाल लाइव होए सी असीं। ते तुहानू डेली ब्लॉगिंग किवें लगदी है कमेंट करके मैनूं जरूर दस्सो, ठीक है। ਅਤੇ ਹੁਣ ਅਸੀਂ ਉਰੇ ਬੈਠੇ ਬੈਠੇ ਅੱਕ ਗਏ, ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਵੀ ਹਟ ਗਏ, ਅਤੇ ਹੁਣ ਅਸੀਂ ਜਾਂਦੇ ਹਾਂ ਘਰ ਵੱਲ ਨੂੰ, ਅਤੇ ਘਰ ਜਾ ਕੇ ਵੀਡੀਓ ਨੂੰ ਐਂਡ ਕਰਦੇ ਹਾਂ ਬਸ। ਅਤੇ ਦੇਖੋ ਹੁਣ ਮੈਂ ਜ਼ਿਆਦਾ ਗਰੀਬ ਹੋ ਗਿਆ, ਜ਼ਿਆਦਾ ਅਮੀਰ ਹੋ ਗਿਆ, ਹੁਣ ਸਾਈਕਲ 'ਤੇ ਆ ਅਤੇ ਮੈਂ ਤੁਰ ਕਿਆ, ਕਿਉਂਕਿ ਮੈਨੂੰ ਡੰਡੇ 'ਤੇ ਬੈਠਣ ਦੀ ਆਦਤ ਨਹੀਂ, ਮੈਨੂੰ ਡੰਡੇ 'ਤੇ ਬੈਠਣ ਦੀ ਆਦਤ ਆ ਯਾਰ। ਪਤਾ ਨਹੀਂ ਕੀ ਗੱਲ ਹੈ, ਇਹਦਾ ਮੂਲ ਟਾਇਰ ਦੀ ਹਵਾ ਆਪਣੇ ਆਪ ਘੱਟ ਜਾਂਦੀ ਹੈ, ਨਾਲੇ ਨਾਲੇ ਉਹ ਪੈਂਚਰ ਵੀ ਨਹੀਂ ਹੈਗਾ ਇਹਦੇ 'ਚ, ਮੈਂ ਦੋ ਤਿੰਨ ਵਾਰ ਦਿਖਾ ਲਿਆ ਪੈਂਚਰ ਹੈ ਨਹੀਂ, ਪਰ ਫਿਰ ਵੀ ਇਹਨੇ ਦੋ ਤਿੰਨ ਦਿਨ ਬਾਅਦ ਹਵਾ ਘੱਟ ਜਾਂਦੀ ਹੈ, ਪਤਾ ਨਹੀਂ ਕੀ ਚੱਕਰ ਆ। ਅਤੇ ਆਪਣੇ ਆਹ ਵਲੋਗ 'ਤੇ ਏਮ ਕਰਦੇ ਹਾਂ ਆਪਾਂ 1000 ਲਾਈਕ ਦਾ, ਅਤੇ ਜੇ 1000 ਲਾਈਕ ਪੂਰਾ ਹੋ ਗਿਆ ਤਾਂ ਕੱਲ੍ਹ ਤਾਂ ਫਿਰ ਮੈਂ ਕਿਸੇ ਲੋਟ ਲੈ ਕੇ ਹੀ ਆਊਂ, BR4 ਵਾਲੀ ਵੀਡੀਓ ਕੁਛ ਵੀ ਹੋ ਜਾਵੇ, ਲੌਂਗ ਬੋਟਲ ਵਰਸਿਸ ਸ਼ੋਰਟ ਬੋਟਲ ਵਾਲੀ। ਅਤੇ 1000 ਲਾਈਕ ਹੋ ਗਿਆ ਤਾਂ ਜਿਹਨੇ ਹਾਲੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜਲਦੀ ਜਲਦੀ ਲਾਈਕ ਕਰ ਦਿਓ, ਪਤਾ ਨਹੀਂ ਕਿਹੜੇ ਲਾਈ ਲਓਗਾ ਇਹ। ਅਤੇ ਟਾਈਮ ਹੋ ਗਿਆ 6:13, ਅਤੇ ਫਿਲਹਾਲ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ, ਅਤੇ ਘਰ ਆਇਆ, ਘਰ ਆਉਣ ਸਾਰ ਮੈਨੂੰ ਮਿਲਿਆ ਦਹੀਂ ਭੱਲਾ, ਦੇਖਦੇ ਹਾਂ ਵੀ ਕਿਹੋ ਜਿਹਾ ਘਰੀ ਬਣਾਇਆ, ਬਾਕੀ ਦੇਖਦੇ ਹਾਂ ਵੀ ਬਾਹਰਲਾ ਹੈਗਾ, ਬਾਹਰ ਲਿਆ ਮੰਗੂ ਕਿ ਨਹੀਂ। ਥੋੜ੍ਹਾ ਜਿਹਾ ਪੋਲਾ ਵੱਧਾ। ਅਤੇ ਅਸੀਂ ਹੁਣ ਆ ਚੁੱਕੇ ਹਾਂ ਇਹਨਾਂ ਦੇ ਨਵੇਂ ਘਰ ਦੇ ਵਿੱਚ, ਅਤੇ ਦੱਸੀ ਦਿਖਾਉਣਾ ਚਾਹੀਦਾ, ਤੁਹਾਨੂੰ ਦੇਣਾ ਚਾਹੀਦਾ ਹੋਮ ਟੂਰ ਕਦੇ, ਤੁਹਾਨੂੰ ਅਗਲੇ ਦੋ ਤਿੰਨ ਵੀਡੀਓ ਦੇ ਵਿੱਚ ਹੋਮ ਟੂਰ ਦੇਵਾਂਗੇ। ਅਤੇ ਸਾਡਾ ਘਰ ਇੱਥੋਂ ਉਹ ਸੀਗਾ ਵਾਲਾ ਸਾਡਾ ਘਰ ਆ, ਜਿਹੜਾ ਕਿ ਉੱਪਰ ਸੀ, ਅਸੀਂ ਵੀ ਆਹ ਵਾਲਾ ਕਮਰਾ ਦੁਬਾਰੇ ਨਵਾਂ ਪਾਇਆ, ਪਰ ਤਾਂ ਹੀ ਕਰਕੇ ਹਜੇ ਤੱਕ ਲਿਪਿਆ ਨਹੀਂ, ਲਿਪਿਆ ਹੋਇਆ ਇਕੱਲਾ, 'ਚ ਰੰਗ ਰੁੰਗ ਨਹੀਂ ਕਰਿਆ ਹੋਇਆ। ਅਤੇ ਇਹ ਹਾਲੇ ਅਸੀਂ ਬਸ ਉਈ ਪਾ ਲਿਆ, ਅਤੇ ਮੈਂ ਸਟੂਡੀਓ ਬਣਾਉਣ ਦੀ ਸੋਚੀ ਸੀ ਪਰ ਹਾਲੇ ਨਹੀਂ ਬਣ ਸਕਦਾ, ਅਤੇ ਆ ਇਹਦਾ ਘਰ ਆ, ਸਾਨੂੰ ਦੇਵਾਂਗੇ ਹੋਮ ਟੂਰ ਕਦੇ। ਅਤੇ ਆਹ ਦੇਖੋ ਪ੍ਰਭੂ, ਅਤੇ ਇਹਦੇ ਚਾਚੇ ਦਾ ਮੁੰਡਾ, ਅਤੇ ਕੱਲ੍ਹ ਵੀ ਆਇਆ ਸੀ ਵੀਡੀਓ 'ਚ ਨਾ, ਅਤੇ ਪੜ੍ਹਨਾ ਦੇਖੋ ਕਿਹੜੇ ਹਿਸਾਬ ਨਾਲ ਬੰਦਾ, ਕਿਵੇਂ ਬੰਦਾ ਉਹਨਾਂ ਦੂਏ, ਅੜ ਲੜ ਲਪੇਟ ਲੈਣਾ, ਉਸ ਤੋਂ ਬਾਅਦ ਉਵੇਂ ਕਰ ਦੇਣਾ ਨਾ, ਬਹੁਤ ਵਧੀਆ ਬੰਦਾ, ਚੱਲ ਵਧੀਆ। ਕਿੰਨੀ ਕਲਾਸ 'ਚ ਨੂੰ, 6th, 6ਵੀਂ ਕਲਾਸ 'ਚ ਵੀ ਪੜ੍ਹਨਾ ਉਹਨਾਂ ਲੱਗ ਗਿਆ, ਉਹ ਕਿੱਥੇ ਚੜ੍ਹ ਗਿਆ, ਲੰਗੂਰ ਜਾਂ ਚਬੂਤਰੇ 'ਤੇ ਚੜ੍ਹ ਗਿਆ, ਮੈਂ ਨਹੀਂ ਚੜ੍ਹਨਾ। ਅਤੇ ਬਸ ਹੁਣ ਹਨੇਰਾ ਹੋਣ ਨੂੰ ਤਿਆਰ ਆ, ਅਤੇ ਅੱਜ ਦਾ ਵਲੋਗ ਉਰੇ ਤੱਕ ਕਿ 6:49 ਹੋ ਗਏ, 49 ਹੋ ਗਏ, ਤਾਂ ਮੈਨੂੰ ਪਤਾ ਮੈਂ ਜਾਣ ਕੇ ਅੰਗਰੇਜ਼ੀ 'ਚ ਗਿਆ ਸੀ। ਅਤੇ ਬਾਕੀ ਹੁਣ ਦੇਖੋ ਹਨੇਰਾ ਹੋਣ ਵਾਲਾ, ਬੱਦਲ ਜਿਹੇ ਵੀ ਹੋ ਗਏ, ਡੇਲੀ ਦਾ ਹੋ ਗਿਆ ਮੂਡ ਇਹਦਾ, ਆਥਣੇ ਜੇ ਵਿਗੜ ਜਾਂਦਾ। ਬਾਕੀ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਮਿਲਦਾ ਤੁਹਾਨੂੰ ਅਗਲੇ ਵਲੋਗ ਦੇ ਵਿੱਚ, ਸ਼ਾਇਦ ਉਹ ਬੁਲਟ ਦਾ ਹੀ ਹੋਵੇ। ਅਤੇ ਬਾਏ ਬਾਏ।